ਸਾਡੇ ਕੋਲੇ ਬੰਦਾ ਲੋ ਮੇਰੇ ਭਤੀਜੇ ਦਾ ਘਰ ਹੈ ਅਨਵਰਾ ਬੁਲਾਓ ਉਹਨੂੰ ਚੌਧਰੀ ਫਤਿਹ ਧੋਤੀ ਦੇ ਥੱਲੇ ਬੂਟ ਪਾਏ ਚੌਧਰੀ ਹੈ ਹੀ ਨੀ ਤੂੰ ਚੌਧਰੀ ਸਾਹਿਬ ਨੇ ਤਮੀਜ਼ ਕਰ ਕਿਵੇਂ ਇਹੋ ਜਿਹੇ ਬੰਦੇ ਸਿੰਧ ਚ ਡਾਕੂ ਹੁੰਦੇ ਪੁੱਛੀਏ ਨਾ ਕੀ ਕਰਦੇ ਹੋ ਤੇ ਕਿੱਥੇ ਰਹਿੰਦੇ ਹੋ ਆਪੋ ਕਹਿੰਦੇ ਬੇਟਾ ਸਾਈਂ ਜਾੜੀਓ ਮੇਰੇ ਹੱਥੇ ਹੈ ਗਾੜੀ ਮਾੜੀ ਆਤੀ ਹੈ ਲੂਟ ਲੈਤੇ ਹੈ ਅੱਲਾ ਇੱਜ਼ਤ ਕੀ ਰੋਟੀ ਦੇ ਦਿੱਤਾ ਹੈ ਖਿਲੌਣੇ ਵਾਲੀ ਦੁਕਾਨ ਤੇ ਜਾ ਕਹਿੰਦਾ ਭਾਈ ਸਾਹਿਬ ਆ ਫੀਨਾ ਬਾਂਦਰ ਕਿੰਨੇ ਦਾ ਦੁਕਾਨਦਾਰ ਕਹਿੰਦਾ ਜਨਾਬ ਤੁਸੀਂ ਸ਼ੀਸ਼ਾ ਵੇਖ ਰਹੇ ਹੋ ਇਹ ਮੁੰਡਾ ਕੰਜਰ ਹੈ ਕਿਉਂ ਇਹਦੀ ਚਿੱਟਿਆਈ ਕੰਜਰਾਂ ਵਾਲੀ ਹੈ ਆਮ ਆਦਮੀ ਇਹਦਾ ਚਿੱਟਾ ਹੋ ਨਹੀਂ ਸਕਦਾ ਲਓ ਚਿੱਟੇ ਰੰਗ ਦੀ ਕਿਹੜੀ ਗੱਲ ਜਾ ਕੇ ਆਪਣੇ ਘਰ ਵੇਖੋ ਬੱਚੀਆਂ ਨੂੰ ਇਹਦੇ ਘਰ ਡਾਕੂ ਆ ਗਏ ਸਾਰਾ ਜ਼ੇਵਰ ਲੁੱਟ ਕੇ ਲੈ ਗਏ ਉਹ ਮੈਂ ਕਿਹਾ ਚੱਲ ਸ਼ੁਕਰ ਹੈ ਇੱਜ਼ਤ ਤੇ ਬਚ ਗਈ ਕਹਿੰਦਾ ਇੱਜ਼ਤ ਵੇਚ ਕੇ ਤੇ ਜ਼ੇਵਰ ਲਿਆ ਸੀ ਏਸੀ ਵਾਲੀ ਕੋਚ ਦੇ ਵਿੱਚ ਬੈਠ ਕੇ ਤੇ ਰੌਲਾ ਪਾਤਾ ਉਹ ਗੱਡੀ ਆਸਤਾ ਚਲਾਓ ਮੈਨੂੰ ਝਟਕੇ ਲੱਗਦੇ ਡਰਾਈਵਰ ਕਹਿੰਦਾ ਜਨਾਬ ਗੱਡੀ ਖੜੋਤੀ ਹੈ ਤੁਸੀਂ ਕਿਸੇ ਦੀ ਝੋਲੀ 'ਚ ਬੈਠੇ ਹੋ ਸਾਡੇ ਮਹੱਲੇ ਇੱਕ ਔਰਤ ਸੀ ਅੱਛਾ ਉਹਦਾ ਨਿਕਾਹ ਵੀ ਨਹੀਂ ਉਹਦੇ ਘਰ ਮੁੰਡਾ ਹੋ ਗਿਆ ਓਏ ਹੋਏ ਨਿਕਾਹ ਵੀ ਨਹੀਂ ਆਇਆ ਤਾਂ ਮੁੰਡਾ ਹੋ ਗਿਆ ਫਿਰ ਉਹ ਮੁੰਡਾ ਘਰੋਂ ਕੱਢ ਛੱਡਿਆ ਹੁਣ ਕਿੱਥੇ ਆ ਹੁਣ ਲਾਡ ਡਰਾਮੇ ਕਰਨ ਡਿਆ ਲਾਲ ਰੰਗ ਦੀ ਟੋਪੀ ਪਾਈ ਸੀ ਆ ਟੋਪੀ ਮਰਾਉਣ ਦੇ ਗਦਰ ਕਰ ਚੌਰੀ ਸਾਹਿਬ ਨੇ ਇਹ ਟੋਪੀ ਲਈ ਕਿੱਥੋਂ ਹੀ ਇਹ ਮੇਰੀ ਆਪਣੀ ਹੈ ਜਨਾਬ ਤੁਹਾਨੂੰ ਚਾਹੀਦੀ ਆਪਣੀ ਟੋਪੀ ਕਿਵੇਂ ਪਾ ਲਈ ਤੂੰ ਏਡਾ ਤੂੰ ਸਿਆਣਾ ਏਡਾ ਤੂੰ ਕਾਰੀਗਰ ਸਾਲਿਆ ਇਹ ਕਿਸੇ ਦੀ ਏ ਉਹ ਮੇਰੀ ਤੁਹਾਨੂੰ ਨਹੀਂ ਜੀ ਤੁਹਾਨੂੰ ਪਾ ਕੇ ਵਾਹਾਂ ਮੈਂ ਚੱਲਿਆ ਜਾਂਦਿਆ ਭਰਾ ਨੂੰ ਦੇ ਜਾਣਾ ਔਰ ਭੱਜ ਕੇ ਪੈਂਦਾ ਪੈਸੇ ਨੂੰ ਛੱਡ ਕੇ ਭੱਜ ਕੇ ਫੜ ਲਿਆ ਬੜਾ ਜਨਾਨਾ ਜੀ ਇੱਜ਼ਤ ਕਰ ਚੌਰੀ ਸਾਹਿਬ ਚੌਰੀ ਬਾਥਰੂਮ ਚ ਬੈਠਾ ਸਾਹਮਣੇ ਲਿਖਿਆ ਸੀ ਜ਼ੋਰ ਲਗਾਈਏ ਚੌਰੀ ਜ਼ੋਰ ਲਾ ਕੇ ਉਹਨਾਂ ਦੀ ਟੂਟੀ ਪੁੱਟ ਕੇ ਲੈ ਚੌਰੀ ਨੇ ਵਿਚਾਰੇ ਨੇ ਜ਼ਿੰਦਗੀ ਚ ਪਹਿਲੀ ਵਾਰੀ ਇੱਕ ਜਨਾਜ਼ੇ ਨੂੰ ਮੋਢਾ ਦਿੱਤਾ ਜੀ ਮੋਢਾ ਤੇ ਚੌਧਰੀ ਦੇ ਬੈਠਾ ਅੱਗੋਂ ਚੌਧਰੀ ਕੋ ਫੜੇ ਕੋਈ ਨਾ ਚੌਰੀ ਇਹ ਕਹੀ ਜੇ ਕਲਮਾ ਸ਼ਹਾਦਤ ਉਹ ਮੈਂ ਥੱਕ ਗਿਆ ਮੇਰੇ ਕੋ ਫੜ ਲਓ ਕਲਮਾ ਸ਼ਹਾਦਤ ਉਹ ਮੈਂ ਥੱਕ ਗਿਆ ਮੈਂ ਲੱਗਾ ਛੱਡਣ ਅਖੀਰ ਚੌਰੀ ਨੇ ਜਨਾਜ਼ਾ ਥੱਲੇ ਰੱਖ ਕੇ ਕਿਹਾ ਉਹ ਅੱਲਾ ਵਾਲਿਓ ਇਹਨੂੰ ਮੈਂ ਮਾਰਿਆ ਓਏ ਚਾਚਾ ਇਹਨੇ ਸਵੇਰੇ ਨਾਸ਼ਤਾ ਕਰਨ ਗਿਆ ਗਵਾਲ ਮੰਡੀ ਜਾ ਕੇ ਨਾ ਨਾਸ਼ਤੇ ਵਾਲੇ ਨੂੰ ਇੱਕ ਜ਼ਬਾਨ ਪਾ ਦਿਓ ਇੱਕ ਪਾਵਾ ਪਾ ਦਿਓ ਉਹ ਕਹਿੰਦਾ ਜੀ ਪਾਵਾ ਮੈਂ ਪਾ ਦੇਣਾ ਜ਼ਬਾਨ ਆਪੇ ਹੀ ਬਾਹਰ ਆ ਜਾਏਗੀ ਕੁੱਤੇ ਦੇ ਪੁੱਤਰੋ ਮੈਂ ਚੌਧਰੀ ਆ ਮੈਨੂੰ ਮਰਾਸੀ ਬਣਾਤਾ ਜੀ ਓਏ ਕਰ ਕੇ ਚੌਰੀ ਦੀ ਸਾਲਾ ਗਾਣੇ ਭਰ ਦਿਓ ਉਹ ਕਹਿੰਦਾ ਮੈਮਰੀ ਕਾਰਡ ਹੈ ਕਹਿੰਦਾ ਨਹੀਂ ਜੀ ਅੰਮੀ ਦਾ ਸ਼ਨਾਖਤੀ ਕਾਰਡ ਹੈ ਅਨਵਰ ਇਹਨੂੰ ਬੁਲਾਓ ਇੱਜ਼ਤ ਨਹੀਂ ਤੈਨੂੰ ਦੌਰਾ 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 ਨਹੀਂ ਉਹ ਤੇ ਮੇਰਾ ਚਾਚਾ ਉਹ ਚਾਚਾ ਜੀ ਮਰੂਮ ਤੁਸੀਂ ਕਦੋਂ ਆਏ ਮਰੂਮ ਨਹੀਂ ਯਾਰ ਸਾਰੇ ਮੈਂ ਇੱਥੇ ਲਾਸ਼ਾਂ ਚਾਚਾ ਜੀ ਇਹਨੇ ਦਿਨਾਂ ਬਾਅਦ ਅਚਾਨਕ ਇਹ ਵੀ ਲਾਵੇ ਗਲਤ ਕਲਰ ਕੀਤਾ ਜੀ ਏਡਾ
मुबारक हो आप बाप बन गए साले ने ओही मैसेज अपने यारां नूं कर दित्ता खोती दे बच्चिया तेरे सामने गल है कि मेरी हले शादी नहीं हुई होनी है चाची जी मैं बाथरूम बैठा सब लिखा पानी ज्यादा इस्तेमाल करे बैठा बैठा नौ लोटे पी गया यार चाचा गल वधाउणी को बंदा तेरे को सीखे क्यों वो त्रै लोटे पीते ने नौ कर ले मेरा चाचा जिहड़ा हैगा ना इहनूं अल्लाह ने ना ज़हन दित्ता है ते ना नक झूठ बोल रहे तुसीं ਤੁਹਾਡਾ ਚਾਚਾ ਹੋ ਨਹੀਂ ਸਕਦਾ ਵਜਾ ਤੁਹਾਡੇ ਦੋਵਾਂ ਦੇ ਆਪਸ ਚ ਨੱਕ ਨਹੀਂ ਰਲਦੇ ਇੱਥੇ ਹਲਕੇ ਜੇ ਜ਼ਲੀਲ ਹੋਏ ਆ ਚਾਚਾ ਉਹਦੀ ਹੋ ਨਹੀਂ ਜਿਹੜੀ ਮੰਨਣ ਵਾਲੀ ਗੱਲ ਹੈ ਉਹ ਮੰਨਣ ਹਾਂ ਉਹਦੀ ਹੋਰ ਵਜਾ ਉਹ ਕੀ ਇਹ ਹੱਥ ਨਹੀਂ ਸੀ ਆਉਂਦਾ ਬੜਾ ਤੇਜ਼ ਸੀ ਅੱਛਾ ਫਿਰ ਦਾਈ ਨੇ ਦਾਲ ਆ ਕੇ ਨੱਕ ਤੋਂ ਫੜ ਕੇ ਖਿੱਚਿਆ ਹਾਂ ਚਾਚਾ ਮੈਂ ਤੇਰੀ ਇੱਜ਼ਤ ਰੱਖੀ ਤੂੰ ਮੈਨੂੰ ਜ਼ਲੀਲ ਕੀਤਾ ਅਬ ਇਸੇ ਕੰਮ ਦੇ ਪੈਸੇ ਮਿਲਦੇ ਨੇ ਹਾਂ ਮੇਰੇ ਚਾਚਾ ਵਾਲਾ ਫਿਰ ਨਾ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਇਹਦੀ ਮਾਂ ਤੋਂ ਦਾਈ ਨੂੰ ਦੇਣ ਜੋਗੇ ਪੈਸੇ ਨਹੀਂ ਸਨ ਉਹਨੇ ਗੁੱਸੇ ਨਾਲ ਚੁੱਕ ਦੀਆਂ ਨਾ ਸਕਦੇ ਐਂ ਨਹੀਂ ਕਰ जिहड़े मर गए ने 5 लाख जिहड़े जख्मी ने 2 लाख और परला कहिंदा जिन्हां दा त्राह निकलिया उन्हां नूं किन्ने किन्ने चाचा जी दसो इन्हां नूं चाचा जी मेरी मौत दा समान तुहाडे कोल है जवान डौला एक हथ ना मज खिच लेनी अज उन्हें गाने पर संगल चुक जाने रोज पैर नूं गोया ला के इत्थे बैठे चाचा जी तेनू सारा पता है सालिया बाबू जी बेटा जी मैनूं फटाफट मुंडा वहाओ किहदे नाल विआह करना है फिलहाल इह मुंडे बणे है जानू जी गरम पानी रख दियो विच बेरी दे पत्ते पाउणे नहीं ताश दे पत्ते पाउणे चवल जई ना आवे ए कौन ने दोवी ए ए वीडियो कैमरा ए मूवी बनाउण वाले ने नहीं ए साडे मेरा मुंशी है अच्छा ए मेरा जाती मुलाजम है जी क्या खोती दा बच्चा पता नहीं कौन है ओए तुम्हारा गोश्त अगो निकलदा मेनू पता लग रहा की होया
ਮੈਂ ਉਹ ਕਹਿੰਦੀ ਕਹਿੰਦੀ ਮੈਂ ਇਹਦੀ ਬੀਵੀ ਆ ਦਫਾ ਨਹੀਂ ਆ ਕੰਨ ਕੱਟੇ ਗਏ ਕਿਸੇ ਨੂੰ ਹੁਣ ਪੁੱਛ ਕੇ ਫੇਰ ਗੱਲ ਸਮਝੀ ਓਏ ਦੇ ਕੰਨ ਲਾ ਕੇ ਤੇ ਮੈਨੂੰ ਲਾ ਦਿੱਤੇ ਨੇ ਹੈਂ ਹੈਂ ਅੰਦਰੋਂ ਮਸ਼ੀਨ ਕੱਢ ਕੇ ਤੇ ਮੈਨੂੰ ਲੱਗ ਗਈ ਅੱਛਾ ਅਬੂ ਜੀ ਇਹਨੂੰ ਕਹਾਂ ਅਬੂ ਮੈਂ ਤਾਂ ਐਵੇਂ ਅਬੂ ਪਾਗਲ ਹੋਈ ਆ ਬੇਵਕੂਫ ਆਇੰਦਾ ਅਬੂ ਮੈਨੂੰ ਕਿਤੇ ਬਣਾਈ ਜਾ ਵਿੱਚੋਂ ਮਾਮਾ ਬਾਹਰ ਨਿਕਲ ਗਿਆ ਲੋਕਾਂ ਦੇ ਉਹ ਮੇਰੀ ਬੱਚੀ ਏ ਤੇਰੀ ਬੱਚੀ ਮੈਨੂੰ ਨਾ ਅਬੂ ਕਹਾਂ ਮੈਨੂੰ ਆਪਣਾ ਅਬੂ ਨੇ ਕਹਾਂ ਆਪਣੇ ਬੱਚਿਆਂ ਦਾ ਕਹਾਂ ਫੇਰ ਵਾਰਾ ਆਏਗਾ ਹੈਲੋ ਨਾ ਨਾ ਡਾਕਟਰ ਉਹ ਮੇਰੇ ਯਾਰ ਬੱਬੇ ਬੱਬੀ ਬਣਾਉਂਦੇ ਆ ਕੀ ਕਿਹਾ ਮੇਰੀ ਬੇਟੀ ਏ ਅੱਛਾ ਕੰਜਰ ਤੂੰ ਕੀ ਏ ਹੈ ਇਸਤੀ ਬੀਬੀ ਰਹਿ ਦੇ ਓਏ ਹੌਲੀ ਬੋਲ ਹੋਇਆ ਕੀ ਹੈ ਓਏ ਇਹ ਮੇਰਾ ਚੇ ਲਿਫਟਾ ਚਾਚਾ ਤੇਰਾ ਆਪਾ ਹੈ ਇਹ ਮੇਰਾ ਚਾਚਾ ਤੇ ਆ ਮੇਰੀ ਅੱਛਾ ਇਹਦੇ ਨਾਲ ਤੇਰਾ ਝਗੜਾ ਹੋਣਾ ਅੱਛਾ ਸਾਰੇ ਕੰਮ ਇੱਥੇ ਕਰ ਲੈਣਾ ਡਾਕਟਰ ਦੀ ਗੱਲ ਨਹੀਂ ਜੇ ਮੰਨਣੀ ਤੁਹਾਡੀ ਨੇ ਕੀ ਹੋ ਗਿਆ ਇਹ ਮੇਰੇ ਡਾਕਟਰ ਸਾਹਿਬ ਨੇ ਮੇਰਾ ਇਲਾਜ ਫਰਮਾ ਰਿਹਾ ਮੈਂ ਇਹਦਾ ਇਲਾਜ ਕਰ ਰਿਹਾ ਬਿਲਕੁਲ ਸਹੀ ਹੋ ਜਾਏਗਾ ਇਨਸ਼ਾਅੱਲਾ 1 ਮਹੀਨੇ ਦੇ ਅੰਦਰ ਡਾਕਟਰ ਤੇ ਮੋਇਆ ਮੁਕਿਆ ਹੈ ਕੌਣ ਮੋਇਆ ਮੁਕਿਆ ਹੈ 1 ਮਿੰਟ ਠਹਿਰੀ ਜ਼ਰਾ ਇਹਨੂੰ ਇੰਜ ਨਹੀਂ ਯਕੀਨ ਆਉਣਾ ਇਹ ਬਸ ਬਸ ਫਟਾਫਟ ਵੇਖ ਲੈ ਫਿਰ ਗਾਇਬ ਹੋ ਜਾਣ ਬਸ ਮੇਰਾ ਪੁੱਤਰ ਟੱਕ ਲੈ ਬਿੱਲੀ ਫਿਰਨ ਨਹੀਂ ਹੋ ਐਵੇਂ ਚੁੱਕ ਕੇ ਲੈ ਜਾ ਡਾਕਟਰ ਕੋਈ ਨਹੀਂ ਡਾਕਟਰ ਐਕਸਰਸਾਈਜ਼ ਕਰਦਾ ਐਕਸਰਸਾਈਜ਼ ਹਾਂ ਦੋ ਮਾਚਸ ਦੀਆਂ 3 ਲੀਆਂ ਲੈ ਕੇ 1 ਘੰਟਾ ਇਹ ਲਗਾ ਰਹਿੰਦਾ ਮੇਰਾ ਪੁੱਤਰ ਮਸਾਲਾ ਲਾ ਲਿਆ ਕਰ ਐਵੇਂ ਜ਼ਿਆਦਾ ਜਾਨ ਬਣ ਜਾਏਗੀ ਅਜਾ ਐਵੇਂ ਆਮ ਜੀ ਗੱਲ ਨੂੰ ਤੂੰ ਮਸਾਲਾ ਨਾ ਲਾਇਆ ਕਰ ਚਾਚਾ ਜੀ ਡਾਕਟਰ ਅਗਰ ਆਪਕੋ ਕੋਈ ਪ੍ਰੋਬਲਮ ਹੈ ਤੋ ਆਪ ਮੇਰੇ ਸਾਥ ਡਿਸਕਸ ਕਰ ਸਕਤੀ ਮੈਂ ਐਮਲੀ ਡਾਕਟਰ ਹੂੰ ਡਾਕਟਰ ਹਾਂਜੀ ਮੈਨੂੰ ਸਾਹ ਬੜੇ ਤੇਜ਼ ਤੇ ਜਾਂਦੇ ਨੇ 1 ਵੀਕ ਮੇਰੇ ਕੋ ਇਲਾਜ ਕਰਾ ਤੇਰੇ ਸਾਹ ਇੰਜ ਆਉਣਗੇ ਜਿਵੇਂ ਇਸ ਮੁਲਕ 'ਚ ਬੱਤੀ ਆਉਂਦੀ ਹੈ ਕਦੀ ਆਏਗੇ ਕਦੀ ਆਏਗੀ ਨਹੀਂ ਡਾਕਟਰ ਮੈਨੂੰ ਕਦੀ ਕਦੀ ਦੋ ਦੋ ਬੰਦੇ ਨਜ਼ਰ ਆਉਂਦੇ ਨੇ ਜਦੋਂ ਦੋਨੋਂ ਕੋ ਪੈਸੇ ਫੜੋਗੇ ਤੇ ਦੋਨੋਂ ਹੀ ਨਜ਼ਰ ਆਉਣਗੇ ਹੀਰਾਮੰਡ ਜਿਹੜਾ ਕਿੰਨੇ ਪੈਸੇ ਉਹ ਕਹਿੰਦਾ 150 ਰੁਪਇਆ ਉਹਨੂੰ ਕਹਿੰਦਾ ਮੈਂ ਕੋਈ ਤਮਾਸ਼ ਵੀ ਨੀ ਮੇਰਾ ਘਰ ਹੈ ਉੱਥੇ ਇੱਕ ਰਕਸ਼ੇ ਵਾਲੇ ਨੂੰ ਕਹਿੰਦਾ ਮੈਨੂੰ ਮੇਰਾ ਘਰ ਲਾਇਆ ਤੇ ਰਕਸ਼ੇ ਵਾਲੇ ਨੂੰ ਕਦੀ ਇਹ ਗਲੀ ਜਵਾਣੇ ਕਦੀ ਉਹ ਗਲੀ ਜਵਾਣੇ ਰਕਸ਼ੇ ਵਾਲੇ ਨੂੰ ਪਸੀਨੇ ਆ ਗਏ ਜਦੋਂ ਇਹਨੇ ਬੂਹੇ ਗਿਆ ਕਹਿੰਦਾ ਸਿੱਧਾ ਨਾਲ ਮਾਮਾ ਇੱਥੇ ਜਾਣਾ ਮੈਂ ਰੋਜ਼ ਬੰਦੇ ਲਾਂਘ ਜਾਣਾ ਇਹਦਾ ਇੱਕ ਪਠਾਨ ਯਾਰ ਹੈ ਉਹਨੂੰ ਜਾ ਕੇ ਕਹਿੰਦਾ ਯਾਰ ਖਾਨ ਸਾਹਿਬ ਆਪਕਾ ਸਭਸੇ ਬੜਾ ਤਾਕਤ ਕਿਆ ਹੈ ਉਹ ਕਹਿੰਦਾ ਮੇਰਾ ਬੇਟਾ ਕਹਿੰਦਾ ਤੇਰੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ ਉਹ ਕਹਿੰਦਾ ਤੇਰਾ ਬੇਟਾ ਆਪਣੇ ਪੁੱਤਰ ਨੂੰ ਕਹਿੰਦਾ ਜੇ ਤੂੰ ਇਸ ਸਾਲ ਪਾਸ ਨਾ ਹੋਇਆ ਤੇ ਮੈਨੂੰ ਅੱਬਾ ਨਾ ਕਹੀਂ ਅੱਛਾ ਤੇ ਮਹੀਨੇ ਬਾਅਦ ਕਹਿੰਦਾ ਕੀ ਬਣਿਆ ਤੇਰੇ ਰਿਜ਼ਲਟ ਦਾ ਕਹਿੰਦਾ ਦਫਾ ਕਰਾਉਂ ਆਸਫ ਸਾਹਿਬ ਛੱਡੋ ਪਰੇ ਜ਼ਿੰਦਗੀ 'ਚ ਪਹਿਲੀ ਵਾਰੀ ਪਿਸ਼ੌਰ ਗਿਆ ਤੇ ਚੌਂਕ 'ਚ ਖਲੋ ਗਾਣਾ ਗਾਣ ਡਿਆ ਜੀ ਕਰਦਾ ਬਈ ਇੱਕ ਪਠਾਨ ਨੇ ਬਾਂਹ ਫੜ ਕੇ ਲੈ ਗਿਆ ਉਹਨੇ ਕਿਹਾ ਹੋਰੇ ਕਿੰਨਾ ਕੁ ਜੀ ਕਰਦਾ ਇਹਦਾ ਉਹ ਮੇਰੀ ਬਾਂਹ ਫੜ ਕੇ ਲੈਣ ਡਿਆ ਉਹ ਤਾਂ ਪਰੇ ਲੈ ਕੇ ਜਾਣ ਡਿਆ ਮੈਨੂੰ ਤੇ ਮੈਂ ਕਿਸੇ ਕੋਲ ਤਾਂ ਇਹ ਰੋਣ ਡਿਆ ਅਗਲੋ ਤਾਂ ਹਾਂ ਮੈਂ ਕਿਹਾ ਕੀ ਹੋਇਆ ਕਹਿੰਦਾ ਮੇਰਾ ਜੀ ਵੀ ਨਹੀਂ ਕਰਨਾ ਮੈਨੂੰ ਅੱਲਾ ਤਾਂ ਬੜਾ ਕਰਮੀ ਤੇਰੇ ਤੇ ਉਹ ਮੇਰੀਆਂ ਦੁਆਵਾਂ ਤੈਨੂੰ ਬਚਾਉਣਗੀਆਂ ਗੁਰਦਾ ਫੇਲ ਹੋ ਗਿਆ ਇਹ ਫੌਰਨ ਨਾ ਚੇਂਜ ਕਰੀਆਂ ਤੇ ਦਰਦ ਵੱਧ ਜਾਂਦੀ ਹੁੰਦੀ ਹੈ ਤੇ ਗੁਰਦਾ ਤੁਹਾਡੇ ਨਾਲ ਕਿਸੇ ਨੇ ਨਹੀਂ ਲੈਣਾ ਡਾਕਟਰ ਮੈਨੂੰ ਲੱਗਦਾ ਤੂੰ ਇਹਨੂੰ ਬਚਾ ਲੈਣਾ ਮੈਨੂੰ ਮਾਰ ਦੇਣਾ ਮੈਂ 1 ਮਿੰਟ ਆ 2 ਮਿੰਟ ਆ ਹੁਣ ਚਾਚਾ ਜੀ ਆ ਬੜੀ ਦਰਦ ਹੋ ਰਹੀ ਗੁਰਦਾ ਫੇਲ ਹੋ ਗਿਆ ਹਾਂ ਇਹ ਪਕਾ ਹੀ ਲੈਨੇ ਆ ਕੱਢ ਆਹੋ ਬਾਕੀ ਬਾਕੀ ਸਮਾਨ ਵੀ ਪਾ ਲਾਂਗੇ ਨਾਲ ਰੋਟੀਆਂ ਹਰੀਆਂ ਮਿਰਚਾਂ ਅੱਬੂ ਜੀ ਉਹਨੂੰ ਡੈਮੇਜ ਨਾ ਕਰੋ ਜਿਹਨੂੰ ਅੰਦਰ ਉਹ ਸਾਡੀ ਉਹ ਚਾ ਕੇ ਖਲੋਤੇ ਉਹ ਤੇ ਅਸੀਂ ਚਲੇ ਜਾਂਦੇ ਆ ਵੇਖੋ ਚੰਗਾ ਭਲਾ ਵਿਚਾਰਾ ਮੋਤੀ ਡੋਗਰ ਸੀ ਉਹ ਡਾਕਟਰ ਨੇ ਉਹਨੂੰ ਕੀ ਹੈਲੀਕਾਪਟਰ ਬਣਾਤਾ ਵੇਖੋ ਚਲੋ ਅੰਦਰ ਦਿਖਾਓ ਠੀਕ ਹੈ ਬਾਤ ਤਾਂ ਕੋੜੇ ਤੇ ਜਾ ਰਹੇ ਆ ਆ ਚਾਚੇ ਦੇ ਘਰ ਮੈਂ ਗਿਆ ਮੈਂ ਕਿਹਾ ਚਾਚਾ ਜੀ ਮੰਜੀ
ਬਾਜੀ ਮਾਰ ਲੈ ਗੱਲ ਮੈਂ ਕਰਦਾ ਮੈਂ ਨਹੀਂ ਕਰਦਾ ਜਾ ਗੱਲ ਸਾਰਿਓ ਮੈਨੂੰ ਮਰਾਸੀ ਸਮਝਦਾ ਚਲੋ ਸ਼ਹਾਦਾ ਚਲ ਚਲ ਪਤਾ ਅੰਦਰ ਮਹਿਮਾਨ ਜਦੋਂ ਆ ਜਾਣ ਤੇ ਫਿਰ ਚਾਚਾ ਜੀ ਤੁਸੀਂ ਵੀ ਥੋੜਾ ਆਰਾਮ ਕਰ ਲਓ ਬਸ ਠੀਕ ਹੈ ਕੋਈ ਟੁੱਟ ਭੱਜ ਨਹੀਂ ਹੋਣੀ ਚਾਹੀਦੀ ਮੈਂ ਨਾ ਟੁੱਟ ਭੱਜ ਦੀ ਜ਼ਿੰਮੇਵਾਰੀ ਮੇਰੀ ਉਹ ਤੇਰੀ ਨਹੀਂ ਹੋਣੀ ਚਾਹੀਦੀ ਸਾਲਿਆਂ ਦਾ ਕੀ ਜਾਣਾ ਜੀ ਦਾ ਕੋਈ ਪਲਾਨ ਬਣਾ ਗਿਆ ਨਹੀਂ ਨਹੀਂ ਪੰਜ ਵਾਰੀ ਅੱਗੇ ਜੋ ਹੋ ਚੁੱਕੀ ਹੈ ਸਾਲਾ ਟ੍ਰੇਨ 'ਚ ਖੋਤਾ ਲੈ ਕੇ ਚੜ ਗਿਆ ਕੀਟੀ ਕਹਿੰਦਾ ਚੱਲ ਲਾ ਖੋਤਾ ਨਹੀਂ ਲੈ ਕੇ ਚਾਹੀਦਾ ਤੇ ਖੋਤਾ ਟ੍ਰੇਨ ਦੇ ਪਿੱਛੇ ਬੰਨ ਚੜਿਆ ਟ੍ਰੇਨ ਚੱਲੀ ਖੋਤਾ ਕਦੇ ਇੱਧਰ ਵਜੇ ਕਦੇ ਇੱਧਰ ਵਜੇ ਇੱਕ ਬੰਦਾ ਕਹਿੰਦਾ ਮਰ ਜਾਏਗਾ ਕਹਿੰਦਾ ਐਵੇਂ ਮਰ ਜਾਏਗਾ ਉਹਦੇ ਅੱਗੇ ਨਿਕਲਦਾ ਰਾਹ ਲੱਭਣ ਡਿਆ ਮੈਂ ਚਾਚੇ ਦੇ ਘਰ ਮੰਜੀ ਲੈਣ ਗਿਆ ਮੈਂ ਗਿਆ ਇਹਦੇ ਘਰ ਮੰਜੀ ਲੈਣ ਮੈਂ ਭੋਖ ਖੜਕਾ ਮੈਂ ਕਿਹਾ ਇੱਕ ਮੰਜੀ ਚਾਹੀਦੀ ਪਰੌਣੇ ਆ ਗਏ ਕਹਿੰਦਾ ਭਾਈ ਸਾਡੇ ਘਰ ਦੋ ਮੰਜੀਆਂ ਨੇ ਇੱਕ ਤੇ ਮੈਂ ਤੇ ਮੇਰਾ ਅੱਬਾ ਸੌਂਦੇ ਆ ਇੱਕ ਤੇ ਮੇਰੀ ਅੰਮੀ ਤੇ ਮੇਰੀ ਬੁੱਢੀ ਸੌਂਦੀ ਹੈ ਮੈਂ ਕਿਹਾ ਸਾਲਿਓ ਮੰਜੀ ਨਾ ਦਿਓ ਤਰਤੀਬ ਨੂੰ ਸਹੀ ਕਰੋ ਤੇ ਮੈਂ ਚਾਚੇ ਦੇ ਘਰ ਚਾਚੇ ਦੇ ਘਰ ਜਾ ਕੇ ਮੇਰੀ ਗੱਲ ਦਬਾਓ ਜਾ ਦੱਸੋ ਇਹ ਮੰਜੀ ਮੰਗ ਲਾ ਪਰਾਂ ਦਬਾਓ ਜਾ ਸਾਡੀ ਜਵਾਬ ਦਿਓ ਫਿਰ ਮੈਂ ਜਾਵਾਂਗਾ ਮੈਂ ਚਾਚੇ ਦੇ ਘਰ ਮੰਜੀ ਲੈਣ ਗਿਆ ਚਾਚਾ ਮੈਨੂੰ ਆਂਦਾ ਯਾਰ ਗੱਲ ਇਹ ਵੇ ਕਿ ਮੇਰੀ ਜਨਾਨੀ ਨਾ ਰਹੀ ਹੈ ਮੰਜੀ ਅੱਗੇ ਰੱਖ ਕੇ ਮੈਂ ਤਾਂ ਨਹੀਂ ਜਾ ਸਕਦਾ ਤੂੰ ਜਾ ਕੇ ਚਾਹ ਲਿਆ ਆਵਾਜ਼ ਆਈ ਹੈ ਮੇਰੇ ਖਿਆਲ ਪਜਾਮਾ ਪਾਟ ਹੈ ਐਸੀ ਗੱਲ ਨਹੀਂ ਕਿ ਮੈਂ ਤੁਹਾਡਾ ਬੜਾ ਇੰਤਜ਼ਾਰ ਕੀਤਾ ਹੈ ਮੇਰੀ ਗੱਲ ਸੁਣ ਮੈਨੂੰ ਸੱਚੀ ਮੁਹੱਬਤ ਚਾਹੀਦੀ ਹੈ ਮੈਨੂੰ ਦੌਲਤ ਨਹੀਂ ਚਾਹੀਦੀ ਨਹੀਂ ਨਹੀਂ ਮੈਂ ਸੱਚੀ ਮੁਹੱਬਤ ਵੀ ਦੇਵਾਂਗਾ ਨਾਲ ਪੈਸੇ ਵੀ ਦੇਵਾਂਗਾ ਡਬਲ ਮਜ਼ਾ ਹਾਂ ਮੇਰੀ 4 ਅਰਬ ਦੀ ਜਾਇਦਾਦ ਹੈ ਵਿੱਚੋਂ 500 ਰੋਜ਼ ਤੇਰਾ ਹਾਂ ਬੜੀ ਜਾਇਦਾਦ ਮਨ ਦੇ ਰਿਹਾ ਮੈਂ ਨਾਲ ਲੈ ਕੇ ਜਾਣੀ ਹੈ ਮੈਨੂੰ ਸੱਚੀ ਮੁਹੱਬਤ ਚਾਹੀਦੀ ਪੈਸਾ ਨਹੀਂ ਚਾਹੀਦਾ ਨਹੀਂ ਮੈਂ ਸੱਚੀ ਮੁਹੱਬਤ ਵੀ ਦੇਵਾਂਗਾ ਕਦੀ ਕਦੀ ਜਨਮ ਮਹਿਲਾ ਤੇਰੇ ਰਾ ਲਾ